ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 9 ਅਪ੍ਰੈਲ ਹੈ ਦਿਨ ਮੰਗਲਵਾਰ ਹੈ ਨਾਨਕਸ਼ਹੀ ਸੰਮਤ 556 ਦੇ ਮੁਤਾਬਿਕ ਅੱਜ 27 ਚੇਤ ਹੋ ਗਿਆ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਪੰਜਾਬ ਦੇ ਵਿੱਚ ਵਿਸਾਖੀ ਤੋਂ ਇੱਕ ਦਿਨ ਬਾਅਦ ਮੌਸਮ ਬਦਲ ਸਕਦਾ ਹੈ 14 ਅਪ੍ਰੈਲ ਨੂੰ ਮੌਸਮ ਵਿਭਾਗ ਨੇ ਮੀਂਹ ਦੀ ਪੂਰਕਵਾਨੀ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ 13 ਅਪ੍ਰੈਲ ਤੱਕ ਮੌਸਮ ਸਾਫ਼ ਹੀ ਰਹੇਗਾ ਖੁਸ਼ਕ ਰਹੇਗਾ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਰਹੇਗਾ ਕੱਲ ਫੇਰ ਪੰਜਾਬ ਦੇ ਘੱਟੋ ਘੱਟ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਬਠਿੰਡੇ ਸਭ ਤੋਂ ਘੱਟ 14 ਡਿਗਰੀ ਤਾਪਮਾਨ ਰਿਹਾ ਜਦਕਿ ਚੰਡੀਗੜ੍ਹ ਪਟਿਆਲਾ ਗੁਰਦਾਸਪੁਰ ਸ਼ਿਦ ਭਗਤ ਸਿੰਘ ਨਗਰ ਦੇ ਵਿੱਚ ਸਭ ਤੋਂ ਵੱਧ 17 ਡਿਗਰੀ ਰਿਹਾ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਤਾਪਮਾਨ ਕੱਲ 1 ਡਿਗਰੀ ਵੱਧ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ 14 ਤੇ 15 ਅਪ੍ਰੈਲ ਉਮੀਦਪੁਰ ਇੱਕ ਬਾਣੀ ਕੀਤੀ ਗਈ ਹੈ ਇਸ ਤੋਂ ਪਹਿਲਾਂ 13 ਤੱਕ ਇੱਥੇ ਵੀ ਮੌਸਮ ਸਾਫ਼ ਰਹੇਗਾ ਹਾਲਾਂਕਿ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਹਾਲੇ ਵੀ ਠੰਡਾ ਹੈ ਇਸ ਕਰਕੇ ਸਲਾਨੀ ਵੱਡੀ ਗਿਣਤੀ ਵਿੱਚ ਪਹਾੜਾਂ 'ਚ ਪਹੁੰਚ ਰਹੇ ਨੇ 70% ਦੀ ਹੋਟਲ ਇਥੇ ਭਰ ਚੁੱਕੇ ਨੇ ਸ਼ਿਮਲਾ ਬਡੋ ਕਸੌਲੀ ਚਾਹਲ ਨਾਰਕੰਡਾ ਦੇ ਵਿੱਚ ਲੰਬੇ ਸਮੇਂ ਬਾਅਦ 45 ਤੋਂ 75% ਦੀ ਹੋਟਲ ਭਰੇ ਨੇ ਮੱਧ ਪ੍ਰਦੇਸ਼ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ ਮੀਂਹ ਗੜੇਮਾਰੀ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਐਤਵਾਰ ਨੂੰ ਪਪਾਲਚਮੀ ਪਿਆਸੀ ਕੱਲ ਵੀ ਪੈਂਦਾ ਰਿਹਾ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 11 ਅਪ੍ਰੈਲ ਤੱਕ ਪੂਰੇ ਸੂਬੇ ਦੇ ਵਿੱਚ ਮੀਂਹ ਪੈ ਜਾਵੇਗਾ ਅੱਜ ਦੋ ਇਤਿਹਾਸਿਕ ਦਿਹਾੜੇ ਨੇ ਸਿੱਖ ਕੌਮ ਦੇ ਤੀਜੀ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਵੱਡੀ ਉਮਰ ਦੇ ਵਿੱਚ ਹੀ ਸਿੱਖੀ ਧਾਰਨ ਕੀਤੀ ਅਤੇ ਸਭ ਤੋਂ ਵੱਡੀ ਉਮਰ ਦੇ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੇ ਗੁਰੂ ਬਣੇ ਗੁਰੂ ਸਾਹਿਬ ਬੀਬੀ ਅਮਰੋਦੇਵ ਮੁਖ ਤੋਂ ਗੁਰਬਾਣੀ ਸੁਣ ਕੇ ਹੀ ਗੁਰੂ ਸਾਹਿਬ ਦੇ ਲੜ ਲੱਗੇ ਸਨ ਆਪ ਜੀ ਨੇ ਆਪਣੇ ਜੀਵਨ ਦੇ 22 ਵਰਿਆਂ ਦੇ ਗੁਰੂਕਾਲ ਦੌਰਾਨ 18 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਅਤੇ ਤਤਕਾਲੀ ਸਮੇਂ ਦੇ ਵਿੱਚ ਸਮਾਜਿਕ ਬੁਰਾਈਆਂ ਦੇ ਤਾਣੇ ਬਾਣੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ। ਗੁਰੂ ਸਾਹਿਬ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਅੱਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੂਸਰੇ ਸਾਹਿਬਜ਼ਾਦੇ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਵੀ ਜਨਮ ਦਿਵਸ ਹੈ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਚਮਕੌਰ ਦੀ ਜੰਗ ਦੇ ਵਿੱਚ ਵੀਰਗਤੀ ਪ੍ਰਾਪਤ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਿੱਖ ਪੰਥ ਦੀਆਂ ਤਿੰਨ ਪ੍ਰਮੁੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਜਾਇਬਕਰ ਦੇ ਵਿੱਚ ਸਜੋਬਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਇੱਕ ਨਾਮ ਪਦਮਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਦਾ ਹੈ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਗਾਇਨ ਦੇ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਸੀ ਇਸ ਤੋਂ ਲਾਵਾ ਤਖਤਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਮਹਾਲੋਂ ਅਤੇ ਪੰਥਕ ਕਵੀ ਅੱਲਾ ਯਾਰਖਾਨ ਯੋਗੀ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖਿਆ ਜਾਇਬਕਰ ਦੇ ਵਿੱਚ ਸਜੋਬਿਤ ਕੀਤੀਆਂ ਜਾਣਗੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸਿੰਘ ਸਾਹਿਬਾਨਾ ਸਮੇਤ ਐਸਜੀਪੀਸੀ ਪ੍ਰਧਾਨ ਕਰਨਗੇ ਇਸ ਮੌਕੇ ਇਹਨਾਂ ਸ਼ਖਸੀਅਤਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਰਹਿਣਗੇ ਦੇਲੀ ਸੰਘਰਸ਼ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਜਾਰੀ ਕਿਸਾਨ ਅੰਦੋਲਨ ਦੋ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਦੇ ਵੱਲੋਂ ਅੱਜ ਰੇਲਾਂ ਰੋਕਣ ਦਾ ਜਿਹੜਾ ਪ੍ਰੋਗਰਾਮ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਨਵੇਂ ਫੈਸਲੇ ਤਹਿਤ ਹੁਣ ਅੱਜ ਦੀ ਥਾਂ ਕੱਲ 10 ਅਪ੍ਰੈਲ ਨੂੰ ਰੇਲਾਂ ਰੋਕੀਆਂ ਜਾਣੀਆਂ ਸੀ ਪਹਿਲੇ ਫੈਸਲੇ ਮੁਤਾਬਕ ਰੇਲਾਂ ਰੋਕਣ ਦੇ ਲਈ ਕਿਸਾਨਾਂ ਨੇ ਰੇਲਵੇ ਸਟੇਸ਼ਨ ਸ਼ੰਭੂ ਦੇ ਰੇਲਵੇ ਟਰੈਕ ਤੇ ਧਰਨਾ ਦੇਣਾ ਸੀ ਪਰ ਕੱਲ ਹੀ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਗੱਲਬਾਤ ਦੇ ਲਈ ਸਮਾਂ ਦੇ ਦਿੱਤਾ ਹੈ ਇਸ ਕਰਕੇ ਹਾਲ ਦੀ ਘੜੀ ਫੈਸਲੇ ਨੂੰ ਟਾਲਿਆ ਗਿਆ ਹੈ ਕੱਲ ਪਟਿਆਲਾ ਦੇ ਵਿੱਚ ਕਈ ਕਿਸਾਨ ਲੀਡਰਾਂ ਦੀ ਏਡੀਜੀਪੀ ਜਸਕਰਨ ਸਿੰਘ ਦੇ ਨਾਲ ਵੀ ਬੈਠਕ ਹੋਈ ਜਿਸ ਤੋਂ ਬਾਅਦ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣਾ ਫੈਸਲਾ ਬਦਲ ਦਿੱਤਾ ਅੱਜ ਚੰਡੀਗੜ੍ਹ ਦੇ ਵਿੱਚ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਹੋਵੇਗੀ ਜੇ ਅੱਜ ਵੀ ਮੰਗਾਂ ਦੇ ਹੱਲ ਨੂੰ ਲੈ ਕੇ ਕੋਈ ਸਮਝੌਤਾ ਨਾ ਬਣਿਆ ਤਾਂ ਕੱਲ ਨੂੰ ਹਰ ਹਾਲਤ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਰੇਲਾ ਰੋਕਣ ਦਾ ਐਲਾਨ ਪਿਛਲੇ ਦਿਨੀ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਵਹਾਲੀ ਸਥਿਤ ਹਵਾਈ ਅੱਡੇ ਤੋਂ ਵਾਟਰ ਕੈਨਨ ਬoi ਵਜੋਂ ਜਾਣੇ ਜਾਂਦੇ ਨਵਦੀਪ ਸਿੰਘ ਜਲਵੇੜਾ ਦੀ ਗ੍ਰਿਫਤਾਰੀ ਤੇ ਹੋਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੀ ਰਿਹਾਈ ਦੀ ਮੰਗ ਦੇ ਵਿੱਚ ਦਿੱਤਾ ਜਾ ਰਿਹਾ ਸੀ ਸ਼ੰਭੂ ਬਾਰਡਰ ਤੇ ਕਿਸਾਨ ਬਿਜਲੀ ਪਾਣੀ ਦੇਣ ਦੀ ਵੀ ਮੰਗ ਕਰ ਰਹੇ ਨੇ ਸ਼ਾਨਨ ਪਣ ਬਿਜਲੀ ਪ੍ਰੋਜੈਕਟ ਦੇ ਮੁੱਦੇ ਤੇ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਕੱਲ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਹਿਮਾਚਲ ਅਤੇ ਸੈਂਟਰ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਇਸ ਪ੍ਰੋਜੈਕਟ ਦੀ 99 ਸਾਲਾ ਲੀਜ਼ ਖਤਮ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਦੇ ਵੱਲੋਂ ਇਸ ਦਾ ਕੰਟਰੋਲ ਸਿੱਧਾ ਆਪਣੇ ਹੱਥ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਪੰਜਾਬ ਸਰਕਾਰ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਪਹੁੰਚੀ ਹੋਈ ਹੈ ਤੇ ਅਦਾਲਤ ਨੇ ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਸਮੇਤ ਸੈਂਟਰ ਸਰਕਾਰ ਨੂੰ 3 ਮਹੀਨੇ ਵਿੱਚ ਆਪਣਾ ਜਵਾਬ ਦੇਣ ਲਈ ਕਿਹਾ ਹੈ ਜਸਟਿਸ ਸੀਐਸ ਓਕਾ ਦੀ ਅਗਵਾਈ ਹੇਠਲੀ ਬੈਂਚ ਨੇ ਹਿਮਾਚਲ ਪ੍ਰਦੇਸ਼ ਤੇ ਕੇਂਦਰ ਸਰਕਾਰ ਨੂੰ ਲਿਖਤੀ ਹਲਫਨਾਮੇ ਦਾਇਰ ਕਰਨ ਦੇ ਹੁਕਮ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਤੇ ਪਾ ਦੱਤੀ ਹੈ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਇਸ ਤੇ 4 ਮਾਰਚ ਨੂੰ ਸੰਮਨ ਜਾਰੀ ਕੀਤਾ ਸੀ ਇਸ ਤੋਂ ਪਹਿਲਾਂ 1 ਮਾਰਚ ਨੂੰ ਲੀਜ਼ ਖਤਮ ਹੋਣ ਤੇ ਕੇਂਦਰ ਸਰਕਾਰ ਨੇ ਦੋਵੇਂ ਸੂਬਿਆਂ ਨੂੰ ਸਥਿਤੀ ਬਰਕਰਾਰ ਰੱਖਣ ਲਈ ਕਿਹਾ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਹੁੰਚ ਕਰਦਿਆਂ ਮਾਮਲੇ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ 99 ਸਾਲਾਂ ਲੀਜ਼ ਮੁੱਕਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਸ਼ਾਨਨ ਪਨ ਬਿਜਲੀ ਪ੍ਰੋਜੈਕਟ ਦਾ ਕੰਟਰੋਲ ਆਪਣੇ ਕਬਜ਼ੇ ਹੇਠ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਪਹਿਲਾ ਹੱਕ ਪੰਜਾਬ ਦਾ ਹੈ हिमाचल प्रदेश ਦੇ ਪਾਲਨਪੁਰ ਤੋਂ 40 ਕਿਲੋਮੀਟਰ ਦੂਰ ਜੋਗਿੰਦਰ ਨਗਰ ਦੇ ਵਿੱਚ ਬਰਤਾਨਵੀ ਕਾਲ ਦੇ ਸ਼ਾਨਣਪਨ ਬਿਜਲੀ ਪ੍ਰੋਜੈਕਟ ਦਾ ਨਿਰਮਾਣ 1925 ਵਿੱਚ ਤਤਕਾਲੀ ਮੰਡੀ ਸੂਬੇ ਦੇ ਸ਼ਾਸਕ ਰਾਜਾ ਜੋਗਿੰਦਰ ਸਿੰਘ ਤੇ ਅੰਗਰੇਜ਼ਾਂ ਦੇ ਨੁਮਾਇੰਦੇ ਕਰਨਲ ਬੀਸੀ ਬੈਟੀ ਵਿਚਾਲੇ ਲੀਜ਼ ਤਹਿਤ ਕੀਤਾ ਗਿਆ ਸੀ ਇਹ ਪ੍ਰੋਜੈਕਟ ਆਜ਼ਾਦੀ ਤੋਂ ਪਹਿਲਾਂ ਅਣਵੰਡੇ ਪੰਜਾਬ ਲਾਹੌਰ ਤੇ ਦਿੱਲੀ ਵਿੱਚ ਬਿਜਲੀ ਦੀ ਲੋੜ ਪੂਰੀ ਕਰਦਾ ਸੀ ਇਸ ਵਕਤੇ ਖਸਤਾ ਹਾਲ ਦੇ ਵਿੱਚ ਹੈ ਲੋਕ ਸਭਾ ਚੋਣ ਦੰਗਲ ਦੇ ਨਾਲ ਜੁੜੀਆਂ ਮੁੱਖ ਸਰਗਰਮੀਆਂ ਤੁਹਾਨੂੰ ਦੱਸ ਦਿੰਦੇ ਹਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅੱਜ ਚੰਡੀਗੜ੍ਹ ਦੇ ਵਿੱਚ ਅਹਿਮ ਮੀਟਿੰਗ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਤੇ ਇਹ ਮੀਟਿੰਗ ਸੱਦੀ ਗਈ ਹੈ ਜਿਸ ਦੀ ਅਗਵਾਈ ਮੁੱਖ ਮੰਤਰੀ ਹੀ ਕਰਨਗੇ ਤੇ ਬਾਅਦ ਪੈਰ 1 ਵਜੇ ਮੀਟਿੰਗ ਸ਼ੁਰੂ ਹੋਵੇਗੀ ਇਸ ਦੇ ਵਿੱਚ ਸੀਐਮ ਮਾਨ ਤੋਂ ਇਲਾਵਾ ਆਪ ਦੇ ਸੀਨੀਅਰ ਲੀਡਰ ਸੰਜੇ ਸਿੰਘ ਤੇ ਸੰਦੀਪ ਪਾਠਕ ਵੀ ਖਾਸ ਤੌਰ ਤੇ ਹਾਜ਼ਰ ਰਹਿਣਗੇ ਸੀਐਮ ਭਗਵੰਤ ਮਾਨ ਹੁਣ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਅਰਵਿੰਦ ਕੇਜਰੀਵਾਲ ਦੇ ਜਿਲ੍ਹੇ ਜਾਣ ਤੋਂ ਬਾਅਦ ਉਹਨਾਂ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਤਹਿਤ ਸੀਐਮ ਨੇ ਗੁਆਂਢੀ ਸੂਬੇ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਆਪ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਤੇ ਰੋਡ ਸ਼ੋਅ ਦੀ ਮੁਹਿੰਮ ਸ਼ੁਰੂ ਵੀ ਕਰ ਦਿੱਤੀ ਹੈ ਕੱਲ ਸੀਐਮ ਭਗਵੰਤ ਮਾਨ ਨੇ ਕੁਰਕਸ਼ੇਤਰ ਦੇ ਵਿੱਚ ਰੋਡ ਸ਼ੋਅ ਕੀਤਾ ਮੁੱਖ ਮੰਤਰੀ ਨੇ ਇੰਡੀਆ ਗੱਟਜੋੜ ਦੇ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ 12 ਤੇ 13 April ਨੂੰ CM ਦਿੱਲੀ ਜਾਣਗੇ 16 ਤੇ 17 April ਨੂੰ ਗੁਜਰਾਤ ਵਿੱਚ ਜਾਣਗੇ ਇਸ ਤੋਂ ਇਲਾਵਾ ਉਹਨਾਂ ਦੇ ਅਸਾਮ ਜਾਣ ਦੀ ਵੀ ਤਿਆਰੀ ਹੈ ਤੇ ਪੰਜਾਬ ਦੇ ਵਿੱਚ ਵੀ 20 April ਤੋਂ CM ਭਗਵੰਤ ਮਾਨ ਦੀਆਂ ਰੈਲੀਆਂ ਦੀ ਸ਼ੁਰੂਆਤ ਹੋਵੇਗੀ ਹਰ ਲੋਕ ਸਭਾ ਹਲਕੇ ਵਿੱਚ 3 ਦਿਨ ਉਹਨਾਂ ਦੇ ਰਹਿਣ ਦਾ ਪ੍ਰੋਗਰਾਮ ਹੈ ਅੰਮ੍ਰਿਤਸਰ ਹਲਕੇ ਤੋਂ ਸ਼੍ਰੋਮਣੀ ਕਾਲੀਦਲ ਦੇ ਉਮੀਦਵਾਰ ਅਨਿਲ ਜੋਸ਼ੀ ਹੀ ਹੋਣਗੇ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵਰਕਰਾਂ ਨਾਲ ਮੀਟਿੰਗ ਕਰਕੇ ਅਨਿਲ ਜੋਸ਼ੀ ਦੇ ਹੱਕ ਵਿੱਚ ਪਾਰਟੀ ਹਾਈ ਕਮਾਂਡ ਨੂੰ ਸੱਦਾ ਭੇਜਿਆ ਹੈ ਤੇਨਿਲ ਜੋਸ਼ੀ ਦੇ ਲਈ ਅੰਮ੍ਰਿਤਸਰ ਤੋਂ ਦਾਵੇਦਾਰੀ ਮੰਗੀ ਹੈ। ਜੇ ਸਾਡੇ ਲੀਡਰ ਚਾਹੇ ਵਰਤਾਰੀ ਨੇ ਜੇ ਉਹਨਾਂ ਦੀ ਆਵਾਜ਼ ਕੋਈ بلند ਕਰ ਸਕਦਾ ਹੈ ਤੇ ਉਹ ਕਹੋ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ सुरेंद्र ਕੰਬੋਜ ਹਲਕਾ ਫਿਰੋਜ਼ਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੋਣਗੇ ਦੋ ਦਿਨ ਪਹਿਲਾਂ ਹੀ ਇਹ बसपा ਵਿੱਚ ਸ਼ਾਮਿਲ ਹੋਏ ਸਨ ਵਿਧਾਇਕ ਗੋਲਡੀ ਦੇ ਪਿਤਾ सुरेंद्र ਕੰਬੋਜ ਨੇ 15 ਦਿਨਾਂ ਦੇ ਵਿੱਚ ਦੂਜੀ ਵਾਰੀ ਪਾਰਟੀ ਬਦਲੀ ਹੈ 24 ਮਾਰਚ ਨੂੰ ਇਹ ਸ਼੍ਰਮਣੀ ਕਾਲੇ ਦਾ ਲੰਬਰੀ ਸਰ ਜਾਨਕੀ ਮਾਨਦਲ ਦੇ ਵਿੱਚ ਸ਼ਾਮਿਲ ਹੋਏ ਸਨ ਇੱਕ ਵਾਰੀ ਇਹ ਭਾਜਪਾ ਦੀ ਟਿਕਟ ਤੇ ਵੀ ਜਲਾਲਾਬਾਦ ਤੋਂ ਲੜ ਚੁੱਕੇ ਨੇ ਉਸ ਤੋਂ ਬਾਅਦ ਕਾਂਗਰਸ ਤੇ ਫਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਫਿਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਦੇ ਵਿੱਚ ਸ਼ਾਮਿਲ ਹੋਏ ਤੇ ਹੁਣ ਇਹਨਾਂ ਨੇ ਭਾਜਪਾ ਸਮਾਜ ਪਾਰਟੀ ਦਾ ਪੱਲਾ ਫੜਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਦੇ ਵਿੱਚ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਫਿਰੋਜ਼ਪੁਰ ਤੋਂ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਉਮੀਦਵਾਰੀ ਦਿੱਤੀ ਹੈ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਲੁਧਿਆਣਾ ਤੋਂ ਖਬਰ ਹੈ ਜਿੱਥੇ ਸਿਮਰਜੀਤ ਸਿੰਘ ਬੈਂਸ ਦਾ ਕਾਂਗਰਸ ਵਿੱਚ ਜਾਣ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ ਦਰਅਸਲ ਭਾਜਪਾ ਦੇ ਕੋਲ ਸਿੱਖ ਚਿਹਰਾ ਹੋਣ ਕਰਕੇ ਕਾਂਗਰਸ ਵੀ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਨਾਲ ਲੋਕਨ ਸਾਹ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਈ ਚਰਚਾ ਕਰ ਰਹੀ ਹੈ ਪਰ ਇਸ ਗੱਲ ਦਾ ਅੰਦਰਖਾਤੇ ਕਾਂਗਰਸ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਵਰਕਰ ਚਾਹੁੰਦੇ ਨੇ ਕਿ ਪਾਰਟੀ ਕਿਸੇ ਪੁਰਾਣੀ ਕਾਂਗਰਸੀ ਲੀਡਰ ਨੂੰ ਟਿਕਟ ਦੇਵੇ ਕੱਲ ਸਾਬਕਾ ਕੈਬਨਿਟ ਮੰਤਰੀ ਭਾਤਪੂਸ਼ਨ ਆਸ਼ੂ ਦੀ ਅਗਵਾਈ ਦੇ ਵਿੱਚ ਸਥਾਨਿਕ ਲੀਡਰਾਂ ਦੀ ਬੰਦ ਕਮਰਾ ਬੈਠਕ ਵੀ ਹੋਈ ਹਾਲਾਂਕਿ ਕਿਹਾ ਇਹ ਹੀ ਗਿਆ ਕਿ ਵੈਸੇ ਹੀ ਨਾਸ਼ਤੇ ਤੇ ਇਕੱਠੇ ਹੋਏ ਸੀ ਹਾਈ ਕਮਾਡ ਜੋ ਵੀ ਫੈਸਲਾ ਲਵੇਗੀ ਮਨਜ਼ੂਰ ਹੋਵੇਗਾ ਪਰ ਅੰਦਰਖਾਤੇ ਖਬਰਾਂ ਨੇ ਕਿ ਬੈਂਸ ਦਾ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਿਆਸੀ तितਲੀਆਂ ਵੀ ਲਗਾਤਾਰ ਉਡਾਰੀਆਂ ਮਾਰ ਰਹੀਆਂ ਨੇ ਗੜਸ਼ੰਕਰ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸਣੇ ਕਈ ਕੌਂਸਲਰ ਤੇ ਇਲਾਕੇ ਦੇ ਸਰਪੰਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਤੇ ਸਵਾਗਤ ਕੀਤਾ ਇਸ ਮੌਕੇ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਵੀ ਮੌਜੂਦ ਸਨ ਡੇਰਾਬਸੀ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਦਾ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਉਤਰਨਾ ਲਗਭਗ ਤੈਅ ਹੈ ਇਸੇ ਕਰਕੇ ਉਹਨਾਂ ਨੇ ਤਿਆਰੀਆਂ ਵਧ ਦਿੱਤੀਆਂ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਹੋ ਰਹੀ ਹੈ ਹਾਲਾਂਕਿ ਐਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਹੁਕਮ ਕੀਤਾ ਤਾਂ ਮੈਦਾਨ ਦੇ ਵਿੱਚ ਡਟਾਂਗਾ ਪਰ ਸੰਕੇਤ ਇਹ ਹੀ ਨੇ ਕਿ ਉਹਨਾਂ ਨੂੰ ਟਿਕਟ ਮਿਲਣੀ ਪੱਕੀ ਹੈ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਕੱਲ ਬੱਸੀ ਪਠਾਣਾ ਖਮਾਣੋ ਸਮਰਾਲਾ ਪਹੁੰਚੀ ਜਿੱਥੇ ਸੁਖਬੀਰ ਬਾਦਲ ਨੇ ਉਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਨਿਸ਼ਾਨੇ ਸਾਧਦੇ ਕਿਹਾ ਕਿ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਾਛੀਵਾੜਾ ਦੇ ਇਤਿਹਾਸਿਕ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਵੀ ਮੱਥਾ ਟੇਕਣ ਪਹੁੰਚੇ ਪੰਜਾਬ ਦੇ ਵਿੱਚ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਕੱਲ ਤਰਨਤਾਰਨ ਤੋਂ ਜਾਈਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਬੀਜੇਪੀ ਲੀਡਰਾਂ ਦਾ ਕਿਸਾਨਾਂ ਮਜ਼ਦੂਰਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਪੱਖ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਸੈਂਟਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਵੀ ਕੀਤੀ ਹਾਲਾਂਕਿ ਭਾਜਪਾ ਦੇ ਵੱਲੋਂ ਇਹ ਚੁੱਪਚਾਪ ਹੀ ਤੇ ਇਕੱਠ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚ ਗਏ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਕਿਤਨਾ ਕਿਤੋਂ ਵਿਰੋਧ ਦੀ ਤਸਵੀਰ ਸਾਹਮਣੇ ਆਉਂਦੀ ਰਹਿੰਦੀ ਹੈ ਕੱਲ 10 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਡੀਸੀ ਦਫ਼ਤਰ ਦੇ ਮੂਹਰੇ ਬੀਜੇਪੀ ਦੇ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ ਇਮਜ਼ਾਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਤਸਵੀਰ ਸੀ ਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਡਕਰ ਦੀ ਤਸਵੀਰ ਦੇ ਬਰਾਬਰ ਲਾਉਣ ਦੇ ਖਿਲਾਫ ਕੀਤਾ ਜਾਏਗਾ ਚੋਣਾਂ ਦੇ ਇਸ ਭਖੇ ਮਾਹੌਲ ਦੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕਰਦੇ ਪੁੱਛਿਆ ਕਿ ਚੋਣਾਂ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਜੇਲ੍ਹ 'ਚ ਪਾਉਗੇ ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਦੇ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਦਾ ਦੋਸ਼ ਚੱਲ ਰਹੇ ਇੱਕ ਯੂਟਿਊਬਰ ਨੂੰ ਰਾਹਤ ਦਿੰਦੇ ਆ ਉਸ ਦੀ ਜ਼ਮਾਨਤ ਬਹਾਲ ਕੀਤੀ ਹੈ मामले ਦੀ ਸੁਣਵਾਈ ਕਰਦਿਆਂ ਜਸਟਿਸ ਅਭੈ ਓਕਾ ਦੇ ਬੈਂਚ ਨੇ ਸਖਤ ਟਿੱਪਣੀਆਂ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਦੋਸ਼ ਲਾਉਣ ਵਾਲੇ ਹਰ ਵਿਅਕਤੀ ਨੂੰ ਜੇਲ੍ਹ ਨਹੀਂ ਭੇਜਿਆ ਜਾ ਸਕਦਾ ਇਹ ਕੋਈ ਸਬੂਤ ਨਹੀਂ ਹੈ ਕਿ ਇਹ ਦਰੈ ਮੁਰਗੁਨ ਨੇ ਸੁਤੰਤਰਤਾ ਦੀ ਦੁਰਵਰਤੋਂ ਕੀਤੀ ਹੈ ਨਾਲੇ ਟਿੱਪਣੀ ਕਰਦਿਆਂ ਜੱਜ ਸਾਹਿਬਾਨਾ ਨੇ ਕਿਹਾ ਕਿ ਜੇ ਚੋਣਾਂ ਤੋਂ ਪਹਿਲਾਂ ਅਸੀਂ ਯੂਟਿਊਬਰ ਤੇ ਦੋਸ਼ ਲਾਉਣ ਵਾਲੇ ਸਾਰੇ ਲੋਕਾਂ ਨੂੰ ਸਲਾਕਾਂ ਪਿੱਛੇ ਪਾਉਣਾ ਸ਼ੁਰੂ ਕਰ ਦੇਵਾਂਗੇ ਤਾਂ ਕਲਪਨਾ ਕਰੋ ਕਿ ਕਿੰਨੇ ਲੋਕ ਜੇਲਾਂ 'ਚ ਹੋਣਗੇ ਇਸ ਦਰਾਨਾ ਅਦਾਲਤਾਂ ਯੂਟਿਊਬਰ ਤੇ ਇਹ ਸ਼ਰਤ ਲਾਉਣ ਦੀ ਵੀ ਮੰਗ ਕੀਤੀ ਗਈ ਕਿ ਜੇ ਜ਼ਮਾਨਤ ਤੇ ਜਦੋਂ ਬਾਹਰ ਜਾਏਗਾ ਤਾਂ ਕੋਈ ਵਿਵਾਦਿਤ ਟਿੱਪਣੀ ਕਰੇਗਾ ਪਰ ਬੈਂਚ ਨੇ ਇਸ ਸ਼ਰਤ ਨੂੰ ਲਾਗੂ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਕਿ ਇਹ ਕੌਣ ਤੈਅ ਕਰੇਗਾ ਕਿ ਬਿਆਨ ਵਿਵਾਦਿਤ ਹੈ ਜਾਂ ਨਹੀਂ ਅਦਾਲਤ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਉਧਰ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਮੁਸਲਮਨ ਲੀਗ ਦੀ ਛਾਪ ਨਜ਼ਰ ਆਉਣ ਬਾਰੇ ਕੀਤੀ ਟਿੱਪਣੀ ਤੇ ਪ੍ਰਧਾਨ ਮੰਤਰੀ ਖਿਲਾਫ ਇਹ ਸ਼ਿਕਾਇਤ ਪਹੁੰਚੀ ਹੈ ਕਾਂਗਰਸ ਲੀਡਰਾਂ ਦਾ ਵਫਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਿਆ ਤੇ ਕਈ ਮੁੱਦੇ ਚੁੱਕੇ ਇਹਨਾਂ ਵਿੱਚ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਤੇ ਵੱਡੇ ਕਟਆਊਟ ਸਰਕਾਰੀ ਇਮਾਰਤਾਂ ਤੇ ਕਾਲਜਾਂ ਵਿੱਚ ਲੱਗੇ ਹੋਣ ਦਾ ਮੁੱਦਾ ਵੀ ਸ਼ਾਮਲ ਹੈ ਕਾਂਗਰਸ ਨੇ ਮੰਗ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ ਸਾਰਿਆਂ ਨੂੰ ਇੱਕ ਸਮਾਨ ਮੌਕਾ ਦਿੱਤਾ ਜਾਵੇ ਬੀਜੇਪੀ ਪਾਰਟੀ ਨੂੰ ਕੱਲ ਇੱਕ ਹੋਰ ਝਟਕਾ ਲੱਗਿਆ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਸੀਨੀਅਰ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਬਿਰਿੰਦਰ ਸਿੰਘ ਨੇ ਬੀਜੇਪੀ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਅੱਜ ਉਹ ਆਪਣੇ ਸਮਰਥਕਾਂ ਨਾਲ ਦਿੱਲੀ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ 10 ਸਾਲਾਂ ਬਾਅਦ ਪਾਰਟੀ 'ਚ ਵਾਪਸੀ ਕਰਨਗੇ ਚੌਧਰੀ ਬਿਰਿੰਦਰ ਸਿੰਘ ਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਅਸਤੀਫਾ ਭੇਜਿਆ ਹੈ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਜਨਨਾਇਕ ਜਨਤਾ ਪਾਰਟੀ ਯਾਨੀ ਕਿ ਜਜਪੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੋ ਕਿ ਜਜਪੀ ਦੇ ਲਈ ਇੱਕ ਵੱਡਾ ਝਟਕਾ ਹੈ ਪ੍ਰਧਾਨ ਨਿਸ਼ਾਨ ਸਿੰਘ ਦੇ ਨਾਲ ਮੀਤ ਪ੍ਰਧਾਨ ਸੁਰਿੰਦਰ ਲੇਗਾ ਨੇ ਵੀ ਅਸਤੀਫਾ ਸੌਂਪ ਦਿੱਤਾ ਆਮ ਆਦਮੀ ਪਾਰਟੀ ਨੇ ਕੱਲ ਜੇਲ੍ਹ ਦਾ ਜਵਾਬ ਵੋਟ ਸੇ ਮੁਹਿੰਮ ਦੀ ਸ਼ੁਰੂਆਤ ਕੀਤੀ ਆਪ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਰਾਜ ਸਭਾ ਮੈਂਬਰਾਂ ਸੰਜੇ ਸਿੰਘ ਤੇ ਸੰਦੀਪ ਪਾਠਕ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੇਜਰੀਵਾਲ ਨੂੰ ਵੱਡੀ ਸਾਜ਼ਿਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਇਹ ਪਹਿਲੀ ਵਾਰ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਫੜਿਆ ਗਿਆ ਹੋਵੇ ਅਸੀਂ ਕਹਿੰਦੇ ਜੇਲ੍ਹ ਦਾ ਜਵਾਬ ਸੇ ਮੁਹਿੰਮ ਸ਼ੁਰੂ ਕਰ ਰਹੇ ਹਾਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਲੋਕ ਯਾਨੀ ਕਿ ਆਮ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਰੇ ਲੋਕ ਕੇਜਰੀਵਾਲ ਨੂੰ ਤਾਕਤਵਰ ਬਣਾਓ ਸੰਜੇ ਸਿੰਘ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਚੋਣ ਬਾਂਡ ਰਾਹੀਂ 168 ਕਰੋੜ ਰੁਪਏ ਜਟਾਏ ਨੇ ਆਮ ਆਦਮੀ ਪਾਰਟੀ ਨੇ ਹਾਕਮ ਧਿਰ ਯਾਨੀ ਕਿ ਭਾਜਪਾ ਨੂੰ ਚੰਦਾ ਦੇਣ ਵਾਲੀਆਂ ਸ਼ੱਕੀ ਕੰਪਨੀਆਂ ਦੀ ਜਾਂਚ ਦੀ ਵੀ ਮੰਗ ਕੀਤੀ ਉਧਰ ਦਿੱਲੀ ਦੇ ਕਥਿਤ ਸ਼ਰਾਬ ਘਟਾਲਾ ਕੇਸ ਦੇ ਵਿੱਚ ਫਸੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਗ੍ਰਿਫਤਾਰੀ ਨੂੰ ਚੈਲੰਜ ਕਰਦੀ ਪਟੀਸ਼ਨ ਜਿਹੜੀ ਪਾਈ ਗਈ ਹੈ ਉਸ ਤੇ ਅੱਜ ਸੁਣਵਾਈ ਹੋਵੇਗੀ ਅੱਜ ਫੈਸਲਾ ਹੋਣ ਦੀ ਸੰਭਾਵਨਾ ਹੈ ਕਾਂਗਰਸ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਵੀ ਕੱਲ ਰਾਏਪੁਰ ਦੇ ਵਿੱਚ ਪਹੁੰਚੇ ਹੋਏ ਸਨ ਰੈਲੀ ਦਰਮਿਆਨ ਉਹਨਾਂ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਗਰੀਬਾਂ ਨੂੰ ਨਜ਼ਰਅੰਦਾਜ਼ ਕੀਤਾ ਕਦੇ ਉਹਨਾਂ ਦੇ ਦਰਦ ਨੂੰ ਨਹੀਂ ਸਮਝਿਆ ਪੰਜ ਪਾਣੀ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਐਨਡੀਏ 400 ਨੂੰ ਪਾਰ ਕਰ ਗਿਆ ਦਾ ਨਾਰਾ ਦਿੱਤਾ ਕਾਂਗਰਸ ਨੇ ਇਸ ਤੇ ਤੰਜ ਕੱਸਦਿਆਂ ਕਿਹਾ ਕਿ ਇਹ ਨਾਰਾ ਪਰਸੈਪਸ਼ਨ ਮੈਨੇਜਮੈਂਟ ਕਰਨ ਦੀ ਕੋਸ਼ਿਸ਼ ਹੈ ਕਾਂਗਰਸ ਲੀਡਰ ਤੇ ਜੀਐਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨਈਆ ਕੁਮਾਰ ਦਾ ਕਹਿਣਾ ਹੈ ਕਿ ਅਜਿਹੇ ਦਾਅਵੇ ਹਕੀਕਤ ਨੂੰ ਬਦਲਣ ਤੇ ਸੱਤਾਧਾਰੀ ਪਾਰਟੀ ਦੀ ਹਾਰ ਦੇ ਡਰ ਨੂੰ ਦਰਸਾਉਣ ਦੀ ਇੱਕ ਭੈੜੀ ਕੋਸ਼ਿਸ਼ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕੰਗਣਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਰਕੇ ਲਗਾਤਾਰ ਚਰਚਾ ਵਿੱਚ ਬਣੀ ਰਹਿੰਦੀ ਹੈ ਹੁਣ ਉਸਨੇ ਸਪਸ਼ਟ ਕੀਤਾ ਕਿ ਉਸਨੇ ਕਦੇ ਗਾਂ ਦਾ ਮਾਸ ਯਾਨਕਿ ਬੀਫ ਨਹੀਂ ਖਾਦਾ ਸੋਸ਼ਲ ਮੀਡੀਆ ਤੇ ਉਸਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਬੀਫ ਜਾਂ ਕਿਸੇ ਵੀ ਹੋਰ ਕਿਸਮ ਦਾ ਲਾਲ ਮੀਟ ਨਹੀਂ ਖਾਂਦੀ ਇਹ ਸ਼ਰਮਨਾਕ ਹੈ ਕਿ ਮੇਰੇ ਬਾਰੇ ਪੂਰੀ ਤਰ੍ਹਾਂ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜਿਵੇਂ ਹੀ ਕੰਗਣਾ ਨੇ ਅਫਵਾਹਾਂ ਨੂੰ ਰੱਦ ਕੀਤਾ ਉਸਦਾ ਪੁਰਾਣਾ ਟਵੀਟ ਸਾਹਮਣੇ ਆ ਗਿਆ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਬੀਫ ਖਾਣ ਵਿੱਚ ਕੁਝ ਵੀ ਗਲਤ ਨਹੀਂ ਹੈ ਬਾਲੀਵੁੱਡ ਅਦਾਕਾਰ ਸੰਜੀਤ দত্ত ਨੇ ਵੀ ਸਪਸ਼ਟੀਕਰਨ ਦਿੱਤਾ ਕਿ ਉਹ ਕਾਂਗਰਸ ਦੀ ਟਿਕਟ ਤੋਂ ਉਮੀਦਵਾਰ ਨਹੀਂ ਬਣਨ ਜਾ ਰਹੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਅਤੇ ਸਾਥੀਆਂ ਸਮੇਤ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਬੰਦੀ ਸਿੰਘਾਂ ਦੇ ਮਾਪਿਆਂ ਤੇ ਸਿੱਖ ਸੰਗਤ ਦੇ ਵੱਲੋਂ ਜਿਹੜਾ ਕੱਲ ਖਾਲਸਾ ਚੇਤਨਾ ਮਾਰਚ ਸਜਾਇਆ ਜਾਣਾ ਸੀ ਉਹ ਸਿੱਖ ਲੀਡਰਾਂ ਦੀ ਫੜਫੜਾਈ ਕਰਕੇ ਨਹੀਂ ਸਜਾਇਆ ਜਾ ਸਕਿਆ ਇਤਿਹਾਸਿਕ ਨਗਰੀ ਤਲਵੰਡੀ ਸਾਬੋ ਸਾਰਾ ਦਿਨ ਪੁਲਿਸ ਛਾਉਣੀ ਬਣੀ ਰਹੀ ਤਲਵੰਡੀ ਸਾਬੋ ਦੀ ਧਰਤੀ ਤੇ ਇਸ ਵਕਤ ਵਿਸਾਖੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੰਗਤ ਵੱਡੀ ਗਿਣਤੀ ਵਿੱਚ ਪਿਛਲੇ ਦਿਨਾਂ ਤੋਂ ਹੀ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਅਜਿਹੇ ਵਿੱਚ ਪੁਲਿਸ ਦੀ ਵੱਡੀ ਨਫਰੀ ਸੰਗਤ ਦੇ ਲਈ ਪਰੇਸ਼ਾਨੀ ਦਾ ਕਾਰਨ ਵੀ ਬਣੀ ਹੋਈ ਹੈ ਕੱਲ 8 April ਨੂੰ ਚੇਤਨਾ ਮਾਰਚ ਸ਼ੁਰੂ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਸਮੇਤ ਹੋਰਨਾ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ 4 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਇਸ ਤੇ ਹੁਣ ਪੁਲਿਸ ਦਾ ਸਪਸ਼ਟੀਕਰਨ ਵੀ ਆਇਆ ਹੈ ਏਡੀਜੀਪੀ ਐਸਪੀਐਸ ਪਰਮਾਰਨਿਕ ਹੈ ਕਿ ਲੋਕ ਸਭਾ ਚੋਣਾਂ ਕਰਕੇ ਸੂਬੇ ਚਾਦਰਸ਼ ਚੋਣ ਜਾਬਤਾ ਲੱਗਿਆ ਹੋਇਆ ਇਸ ਲਈ ਮਾਰਚ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਬੰਦੀ ਸੀ ਪਰ ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਰਚ ਕੱਢਣ ਬਾਰੇ ਕੋਈ ਪਰਵਾਨਗੀ ਨਹੀਂ ਲਈ ਤੇ ਪੁਲਿਸ ਅਫਸਰ ਦੇ ਇਹਨਾਂ ਦਾਅਵਿਆਂ ਤੇ ਸਿੱਖ ਸੰਗਤ ਨੇ ਹੈਰਾਨੀ ਪ੍ਰਗਟਾਈ ਹੈ ਕਿ ਹਿਰਾਸਤ ਵਿੱਚ ਲੈਣਾ ਤਾਂ ਠੀਕ ਸੀ ਸੰਗਤ ਨੂੰ ਰੋਕਣਾ ਤਾਂ ਠੀਕ ਸੀ ਪਰ ਉਹਨਾਂ ਤੇ ਪਰਚਾ ਦਰਜ ਕਰਕੇ ਜੇਲ੍ਹ ਦੇ ਵਿੱਚ ਬੰਦ ਕਰਨਾ ਕਿਸ ਹੱਦ ਤੱਕ ਠੀਕ ਹੈ ਤਖਤ ਚਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮਾਨ ਸਰਕਾਰ ਵਿਸਾਖੀ ਦੇ ਜੋੜ ਮੇਲ ਮੌਕੇ ਭੈ ਦਾ ਮਾਹੌਲ ਨਾ ਬਣਾਏ ਜਥੇਦਾਨ ਨੇ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਿਕ ਹਰੇਕ ਨੂੰ ਧਰਮ ਪ੍ਰਚਾਰ ਕਰਨ ਨਗਰ ਕੀਰਤਨ ਜਾਂ ਸ਼ੋਭਾ ਯਾਤਰਾਵਾਂ ਸਜਾਉਣ ਦਾ ਅਧਿਕਾਰ ਹੈ ਮੌਜੂਦਾ ਸਮੇਂ ਦੇਸ਼ ਵਿੱਚ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਚ ਘਟਗਿਰਤੀਆਂ ਦੇ ਲਈ ਇੱਕ ਖਤਰੇ ਦੀ ਨਿਸ਼ਾਨੀ ਹੈ ਪਰसों ਅਮਰਿਤਪਾਲ ਸਿੰਘ ਸਮੇਤ ਹੋਰ ਸਾਥੀ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੱਲ ਸਿੱਖ ਲੀਡਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੂੰ ਵੀ ਨਜ਼ਰਬੰਦ ਕੀਤਾ ਗਿਆ ਤਲਵੰਡੀ ਸਾਬੋ ਨਗਰੀ ਦੇ ਚੌਂਕਾਂ ਦੇ ਵਿੱਚ ਪੁਲਿਸ ਨੇ ਦੰਗਾ ਰੋਕੂ ਬਾਣ ਵੀ ਖੜੇ ਕਰ ਦਿੱਤੇ ਪਾਣੀ ਦੇ ਬੁਛਾੜਾ ਸੁੱਟਣ ਵਾਲੀਆਂ ਗੱਡੀਆਂ ਦੰਗਾ ਰੋਕੂ ਪੁਲਿਸ ਬਲ ਦੀ ਤਾਇਨਾਤੀ ਵੀ ਨਜ਼ਰ ਆਈ ਤਤ ਸਾਹਿਬ ਕੰਪਲੈਕਸ ਦੇ ਅੰਦਰ ਵੀ ਵੱਡੀ ਗਿਣਤੀ ਵਿੱਚ ਚਿੱਟ ਕੱਪੜੀਏ ਪੁਲਿਸ ਮੁਲਾਜ਼ਮ ਘੁੰਮਦੇ ਦਿਖਾਈ ਦਿੱਤੇ ਤਲਵੰਡੀ ਸਾਬੋ ਤੋਂ ਇਲਾਵਾ ਪੁਲਿਸ ਨੇ ਬਠਿੰਡਾ ਦੇ ਵਿੱਚ ਵੀ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਅਵਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਗੁਰਮਤਿ ਚੇਤਨਾ ਮਾਰਚ ਨੂੰ ਫੀਲ ਕਰਨ ਦੇ ਲਈ ਸਰਕਾਰ ਨੇ ਇਹ ਸਾਰਾ ਡੰਬਰ ਰਚਿਆ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਸੂਬੇ ਦੇ ਵਿੱਚ ਚੰਗੀ ਗੱਲ ਦਾ ਪ੍ਰਚਾਰ ਹੋਵੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਹੋਵੇ ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਰਗਵੀਰ ਸਿੰਘ ਨੇ ਵੀ ਸਰਕਾਰ ਨੂੰ ਤਾੜਨਾ ਕਰਦਿਆ ਕਿਹਾ ਸੀ ਕਿ ਸਰਕਾਰ ਮਾਹੌਲ ਦੇ ਵਿੱਚ ਬਿਨਾਂ ਮਤਲਬ ਤਲਖੀ ਪੈਦਾ ਕਰਨ ਤੋਂ ਗੁਰੇਜ਼ ਕਰੇ। ਬਲਵਿੰਦਰ ਕੌਰ ਅਤੇ ਹੋਰ ਗ੍ਰਿਫਤਾਰ ਵਿਅਕਤੀਆਂ ਦੇ ਪਰਿਵਾਰਕ ਮੈਂਬਰ 22 ਫਰਵਰੀ ਤੋਂ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਭੁੱਖ ਹੜਤਾਲ ਤੇ ਬੈਠੇ ਨੇ। ਅੰਮ੍ਰਿਤਪਾਲ ਸਿੰਘ ਦੇ ਨਾਲ NSA ਤਹਿਤ 9 ਹੋਰ ਸਿੱਖ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਮਰਹੂਮ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਮਾਮਲੇ ਦੇ ਵਿੱਚ ਹਾਲੇ ਤੱਕ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਬਿਆਨ ਦਰਜ ਨਹੀਂ ਕੀ ਕਰੀਬ 4 ਮਹੀਨੇ ਪਹਿਲਾਂ ਜਸਟਿਸ ਅਜੀਤ ਸਿੰਘ ਬੈਂਸ ਦੇ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਦੇ ਵੱਲੋਂ ਪਾਈ ਕਾਉਕੇ ਨੂੰ ਚੁੱਕ ਕੇ ਲਾਪਤਾ ਕਰਨ ਸਬੰਧੀ ਬੀਪੀ ਤਵਾੜੀ ਐਡੀਸ਼ਨਲ ਡੀਜੀਪੀ ਪੰਜਾਬ ਦੀ ਰਿਪੋਰਟ ਨੂੰ ਕਰੀਬ 25 ਸਾਲਾਂ ਬਾਅਦ ਜਨਤਕ ਕੀਤਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਨਰਗਵੀਰ ਸਿੰਘ ਨੂੰ ਕਾਰਵਾਈ ਲਈ ਹੁਕਮ ਦੇਣ ਦੀ ਬੇਨਤੀ ਵੀ ਕੀਤੀ ਸੀ। ਜਿਸ ਤੋਂ ਬਾਅਦ ਜਥੇਦਾਰ ਨੇ ਐਸਜੀਪੀਸੀ ਨੂੰ ਇਸ ਮਾਮਲੇ ਸਬੰਧੀ ਮੁਕੱਦਮਾ ਦਰਜ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਹੁਕਮ ਦਿੱਤੇ ਸਨ ਤੇ ਫਿਰ ਐਸਜੀਪੀਸੀ ਨੇ ਇੱਕ ਕਾਨੂੰਨੀ ਪੈਨਲ ਬਣਾ ਕੇ ਪਾਈ ਕਾਉਕੇ ਨੂੰ ਸ਼ਹੀਦ ਕਰਨ ਦੇ ਮਾਮਲੇ ਦੀ ਪੈਰਵਾਈ ਕਰਨ ਬਾਰੇ ਪਿਛਲੇ 13 ਜਨਵਰੀ 2024 ਨੂੰ ਜੱਥੇਦਾਰ ਕੌਂਕੇ ਦੀ ਪਤਨੀ ਗੁਰਮੀਲ ਕੌਰ ਦੇ ਵੱਲੋਂ ਐਸਐਚਓ ਜਗਰਾਉਂ ਨੂੰ ਭਾਈ ਕੌਂਕੇ ਨੂੰ ਚੁੱਕ ਕੇ ਸ਼ਹੀਦ ਕਰਨ ਸੰਬੰਧੀ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕਰਨ ਦੀ ਸ਼ਿਕਾਇਤ ਅਰਜ਼ੀ ਦਿੱਤੀ ਸੀ ਪਰ ਹਾਲੇ ਤੱਕ ਪੁਲਿਸ ਨੇ ਨਾ ਤਾਂ ਬੀਬੀ ਗੁਰਮੀਲ ਕੌਰ ਤੇ ਨਾ ਹੀ ਇਸ ਕੇਸ ਦੇ ਗਵਾਹਾਂ ਦੇ ਬਿਆਨ ਦਰਜ ਕਰਨ ਵਿੱਚ ਕੋਈ ਦਿਲਚਸਪੀ ਦਿਖਾਈ ਹੈ ਪਰਿਵਾਰ ਵੱਲੋਂ ਹੁਣ ਇਲਜ਼ਾਮ ਲਾਇਆ ਗਿਆ ਹੈ ਕਿ ਮੌਜੂਦਾ ਸਰਕਾਰ ਵੀ ਇਸ ਕੇਸ ਨੂੰ ਪਹਿਲੀਆਂ ਸਰਕਾਰਾਂ ਵਾਂਗੂ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਮੁਕਾਬਲਾ ਪ੍ਰੀਖਿਆ ਦੌਰਾਨ ਗੁਰਸਿੱਖ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ 6 April ਨੂੰ ਮੋਹਾਲੀ ਵਿਖੇ ਕਰਵਾਈ JEE Mains ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਕੜੇ ਲਾਉਣ ਤੇ ਕੜਿਆਂ ਤੇ ਟੇਪ ਲਾਏ ਜਾਣ ਦਾ SGPC ਨੇ ਸਖਤ ਵਿਰੋਧ ਕੀਤਾ ਹੈ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸਖਤ ਨੋਟਿਸ ਲੈਂਦੇ ਆ ਪੜਤਾਲ ਦੇ ਹੁਕਮ ਦਿੱਤੇ ਨੇ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਸਿੱਖਾਂ ਨਾਲ ਹੁੰਦੇ ਵਿਤਕਰੇ ਪ੍ਰਤੀ ਸਖਤ ਇਤਰਾਜ਼ ਵੀ ਦਰਜ ਕਰਨ ਲਈ ਕਿਹਾ ਹੈ ਪਤਾ ਲੱਗਿਆ ਕਿ 6 ਅਪ੍ਰੈਲ ਨੂੰ ਜਦੋਂ ਪੇਪਰ ਹੋ ਰਿਹਾ ਸੀ ਤਾਂ ਸਿੱਖ ਵਿਦਿਆਰਥੀ ਨੂੰ ਕੜਾ ਉਤਾਰਨ ਦੇ ਲਈ ਕਿਹਾ ਗਿਆ ਜਦੋਂ ਉਸ ਨੇ ਜ਼ਬਰਦਸਤੀ ਕੜਾ ਲਾਉਣ ਦਾ ਵਿਰੋਧ ਕੀਤਾ ਤਾਂ ਉਹਦੇ ਕੜੇ ਤੇ ਟੇਪ ਲਾ ਕੇ ਉਸ ਨੂੰ ਪੇਪਰ ਵਿੱਚ ਬੈਠਣ ਦਿੱਤਾ ਗਿਆ ਐਸਜੀਬੀਸੀ ਪ੍ਰਧਾਨਤਾਮੀ ਨੇ ਕਿਹਾ ਹੈ ਕਿ ਅਜਈਆਂ ਹਰਕਤਾਂ ਇਸ ਮੁਲਕ ਦੇ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤਰਨਤਾਰਨ ਦੇ ਬਲਟੋਹਾ ਪਿੰਡ ਦੇ ਵਿਚਾਰਤ ਨੂੰ ਨਿਰਵਸਤਰ ਘੁਮਾਉਣ ਦੇ ਮਾਮਲੇ ਵਿੱਚ ਪੰਜਵਾਂ ਮੌਲਸਮ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ ਇਸ ਦੀ ਪਛਾਣ ਜਗਪ੍ਰੀਤ ਸਿੰਘ ਜੱਗਾ ਵਜੋਂ ਹੋਈ ਹੈ ਇਸ ਮਾਮਲੇ ਦੇ ਚਾਰ ਮੌਲਸਮਾਂ ਨੂੰ ਪੁਲਿਸ ਨੇ ਸ਼ਨੀਚਰਵਾਰ ਨੂੰ ਹੀ ਕਾਬੂ ਕਰ ਲਿਆ ਸੀ ਇਸ ਮਾਮਲੇ ਦਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਨੇ ਕਿਹਾ ਬਹੁਤ ਘਿਣਾਉਣੀ ਘਟਨਾ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ਤੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਹਾਈ ਕੋਰਟ ਨੇ ਹੁਣ ਤੱਕ ਕੀਤੀ ਕਾਰਵਾਈ ਦੀ ਸਟੇਟਸ ਰਿਪੋਰਟ 30 April ਨੂੰ ਮਾਮਲੇ ਦੀ ਅਗਲੀ ਸੁਣਵਾਈ ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਦੇ ਜੱਜ ਸਹਿਬਾਨਾਂ ਨੇ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਿੱਖ ਜਥੇਬੰਦੀ ਦਲ ਖਾਲਸਾ ਦੇ ਵੱਲੋਂ ਵਿਸਾਖੀ ਤੋਂ ਇੱਕ ਦਿਨ ਪਹਿਲਾਂ 12 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸਾ ਮਾਰਚ ਸਜਾਇਆ ਜਾਵੇਗਾ ਇਹ ਮਾਰਚ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਤਲਵੰਡੀ ਸਾਬੋ ਤੋਂ ਆਰੰਭ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਪਹੁੰਚੇਗਾ ਜਿੱਥੇ ਸਿੱਖ ਕੈਦੀਆਂ ਦੀ ਰਿਹਾਈ ਜਲਾਵਤਨ ਸਿੱਖ ਕਾਰਕੁਨਾਂ ਦੀ ਤੰਦਰੁਸਤੀ ਅਤੇ ਪਿਛਲੇ ਸਮੇਂ ਦੌਰਾਨ ਸ਼ਹੀਦ ਹੋਏ ਸਿੱਖਾਂ ਨਮਿਤ ਅਰਦਾਸ ਕੀਤੀ ਜਾਵੇਗੀ ਵਿਸਾਖੀ ਦਾ ਦਿਹਾੜਾ ਆਉਣ ਵਾਲਾ ਖਾਲਸਾ ਸਾਜਨਾ ਦਿਵਸ ਆਉਣ ਵਾਲਾ ਪੂਰੀ ਦੀ ਪੂਰੀ ਸਿੱਖ ਕੌਮ ਦੁਨੀਆ ਦੇ ਚ ਜਿੱਥੇ ਵੀ ਵੱਸਦੀ ਹੋਵੇ ਉਸ ਦਿਨ ਨੂੰ ਧੂਮ ਧਾਮ ਦੇ ਨਾਲ ਮਨਾਉਂਦੇ 1978 ਦੀ ਵਿਸਾਖੀ ਜਿਹੜੀ ਆ ਉਹਨੇ ਮੌਜੂਦਾ ਸਮੇਂ ਦੇ ਸਿੱਖ ਸੰਘਰਸ਼ ਦਾ ਮੋੜ ਬਣਿਆ ਤੇ ਉਸ ਨੂੰ 46 ਸਾਲ ਪੂਰੇ ਹੋਣ ਵਾਲੇ ਨੇ ਤੇ ਇੰਨਾ 46 ਸਾਲਾਂ ਦੇ ਵਿੱਚ ਪੈਰ ਪੈਰ ਦੇ ਉੱਤੇ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ ਇਸ ਵਾਰ ਵਿਸਾਖੀ ਦੇ ਸਬੰਧ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਤੇ ਉਹਨਾਂ 13 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਖਾਲਸਾ ਮਾਰਚ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ 12 April ਨੂੰ ਕੀਤਾ ਜਾਏਗਾ। 13 April ਨੂੰ ਅਤੇ ਵਿਸਾਖੀ ਦੇ ਭੋਗ ਪਾਣੇ ਨੇ ਉਸ ਤੋਂ ਇੱਕ ਦਿਨ ਪਹਿਲਾਂ 12 ਤਰੀਕ ਨੂੰ ਦਲ ਖਾਲਸਾ ਵੱਲੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਮਾਰਚ ਕੀਤਾ ਜਾਏਗਾ। ਇਹ ਮਾਰਚ ਗੁਰਮਤ ਵਿਦਿਆਲਿਆ ਦਮਦਮਾ ਟਕਸਾਲ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਪਹੁੰਚੇਗਾ ਜਿੱਥੇ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਸਾਡੇ ਜਲਾਵਤਨ ਹੋਏ ਯੋਧੇ ਨੇ ਉਹਨਾਂ ਦੀ ਤੰਦਰੁਸਤੀ ਦੇ ਲਈ ਤੇ ਜਿਹੜੇ ਇਹਨਾਂ 46 ਸਾਲਾਂ ਦੇ ਦੌਰਾਨ ਸ਼ਹਾਦਤਾਂ ਪ੍ਰਾਪਤ ਕਰ ਗਏ ਨੇ ਉਹਨਾਂ ਸਾਰਿਆਂ ਦੇ ਨਿਮਿਤ ਅਰਦਾਸ ਵੀ ਕੀਤੀ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੇ ADGP ਨੇ ਜਿਹੜੀ ਰਿਪੋਰਟ ਸੌਂਪੀ ਹੈ ਉਸ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਜਿਸ ਤੇ ਕਾਂਗਰਸ ਐਮਐਲਏ ਖਹਿਰਾ ਨੇ ਸਵਾਲ ਚੁੱਕੇ ਨੇ। ਸੂਬੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ADGP ਇੰਟੈਲੀਜੈਂਸ ਨੇ ਜਿਹੜੀ ਰਿਪੋਰਟ ਸੌਂਪੀ ਹੈ ਉਹ ਪੰਜਾਬ ਸਰਕਾਰ ਨੂੰ ਦਿੱਤੀ ਹੈ ਇਸ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਨਾਮ ਅਤੇ ਥਾਂ ਲਿਖੇ ਗਏ ਨੇ ਇਸ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਖਤ ਸਵਾਲ ਪੁੱਛਿਆ ਉਨਾ ਕਹ ਹੈ ਕਿ ਕੀ ਤੁਸੀਂ ਆਪਣੇ ਏਡੀਜੀਪੀ ਦੀ ਰਿਪੋਰਟ ਨੂੰ ਵੀ ਹੁਣ ਨਕਾਰੋਗੇ ਕਹਿੰਦੇ ਮੈਂ ਕੇਜਰੀਵਾਲ ਸਾਹਿਬ ਨੂੰ ਵੀ ਪੁੱਛਦਾ ਕਿ ਆਖਿਰਕਾਰ ਮਾਈਨਿੰਗ ਤੋਂ ਆਉਣ ਵਾਲੇ 19000 ਕਰੋੜ ਰੁਪਏ ਕਿੱਥੇ ਗਏ ਜਿਸ ਦਾ ਦਾਵਾ 2022 ਦੇ ਚੋਣਾਂ ਦੌਰਾਨ ਤੁਸੀਂ ਕੀਤਾ ਸੀ ਪਿਛਲੇ 2 ਸਾਲਾਂ ਦੇ ਵਿੱਚ ਕਹਿੰਦੇ ਮਾਈਨਿੰਗ ਰਾਹੀਂ ਪੰਜਾਬ ਸਰਕਾਰ ਦੇ ਖਾਤੇ ਵਿੱਚ ਸਿਰਫ 250 ਤੋਂ 350 ਕਰੋੜ ਹੀ ਆਏ ਨੇ ਬਾਕੀ ਹਜ਼ਾਰਾਂ ਕਰੋੜ ਕਿੱਥੇ ਗਏ ਤਾਂ ਮੇਰਾ ਅੱਜ ਇਲਜ਼ਾਮ ਹੈ ਤੁਹਾਡੇ ਸਾਰੇ মিডিਆ ਦੇ ਜ਼ਰੀਏ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੱਸਣ ਕਿ ਜਿਹੜਾ ਉਹ 19700 ਕਰੋੜ ਰੁਪਇਆ ਉਹ ਕਿੱਥੇ ਜਾ ਰਿਹਾ ਵਾ ਤੁਸੀਂ ਆਪ ਹੀ ਕਿਹਾ ਕਿ 20000 ਕਰੋੜ ਰੁਪਇਆ ਦਾ ਘਟਾਲਾ ਵਾ ਤੇ ਤੁਹਾਨੂੰ ਹੁਣ 2 ਸਾਲ ਦਾ ਟਾਈਮ ਵੀ ਮਿਲ ਗਿਆ ਤੁਸੀਂ 2 ਸਾਲ ਰਾਜ ਵੀ ਚਲਾ ਲਿਆ ਤੇ ਆਮਦਨ ਤਾਂ ਉਹੀ 200 250 300 350 ਕਰੋੜ ਰੁਪਇਆ ਤੇ ਬਾਕੀ 19700 ਕਰੋੜ ਰੁਪਇਆ ਆਪਿਆ ਵਾ ਸਾਰਾ ਇਸ ਰਿਪੋਰਟ ਵਿੱਚ ਉਹ ਕੋਟ ਕਰ ਰਹੇ ਨੇ ਆ ਜਿਹੜਾ ਮੈਂ ਪੜ੍ਹ ਦਿਨਾ ਬੇਸਿਕ ਜੀ ਗੱਲ ਇਹ ਸੈਕਟਰੀ ਜਿਹੜੀ ਆ ਸੈਕਟਰੀ ਜਿਹੜੇ ਨੇ ਮਾਈਨਿੰਗ ਅ ਡਿਪਾਰਟਮੈਂਟ ਦੇ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਨਜਾਇਜ਼ ਮਾਈਨਿੰਗ ਹੋਣ ਸੰਬੰਧੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਲੋਕਲ ਵਿਅਕਤੀਆਂ ਵੱਲੋਂ ਆਪਣੀ ਨਿੱਜੀ ਜ਼ਮੀਨਾਂ ਵਿੱਚੋਂ ਅਤੇ ਸਟੋਨ ਕ੍ਰਸ਼ਰਾ ਮਾਲਕਾਂ ਵੱਲੋਂ ਆਡ ਆਵਰਸ ਤੇ ਨਜਾਇਜ਼ ਮਾਈਨਿੰਗ ਕਰਨ ਦਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਪ੍ਰੈਸ ਕਾਨਫਰੰਸ ਕਰਕੇ ਵੱਡੇ ਤੱਥ ਪੇਸ਼ ਕਰਦੇ ਆ ਖੈਰਾ ਨੇ ਦਾਵਾ ਕੀਤਾ ਕਿ ਰੇਤ mafia ਦੀ ਲੁੱਟ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਚੁੰਨਾ ਲਾਇਆ ਜਾ ਰਿਹਾ ਹੈ ਖੈਰਾ ਨੇ ਸਰਕਾਰ ਨੂੰ ਸਵਾਲ ਕੀਤੇ ਕਿ ਜੇ ਪੰਜਾਬ ਵਿੱਚ 40000 ਕਰੋੜ ਰੁਪਏ ਦੇ ਕੰਮ ਚੱਲ ਰਹੇ ਨੇ ਤਾਂ ਗਵਾਂਡੀ ਸੂਬਿਆਂ ਤੋਂ ਤੇ ਗਵਾਂਡੀ ਸੂਬਿਆਂ ਤੋਂ ਰੇਤਾ ਬਜਰੀ ਆ ਰਿਹਾ ਹੈ ਤਾਂ ਉਹ ਸਾਰਾ ਪੈਸਾ ਜਾ ਕਿੱਥੇ ਰਿਹਾ ਪੰਜਾਬ ਦੇ ਮਾਲਵਾ ਸਮੇਤ ਕਈ ਇਲਾਕਿਆਂ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਵਾਢੀ ਕਿਤੇ ਸ਼ੁਰੂ ਹੋ ਚੁੱਕੀ ਹੈ ਕਿਤੇ ਸ਼ੁਰੂ ਹੋਣ ਵਾਲੀ ਹੈ ਤੇ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਜ਼ਰੂਰ ਪੁਗਤਣਾ ਪੈਂਦਾ ਹੈ ਇਸ ਦਰਮਿਆਨ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਾਵਾ ਕੀਤਾ ਹੈ ਕਿ ਪੰਜਾਬ ਚ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਤੋਂ ਇਲਾਵਾ ਆਮ ਜਨਤਾ ਨੂੰ ਵੀ ਲੰਬੇ-ਲੰਬੇ ਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਪੀਐਸਪੀਸੀਐਲ ਦੇ ਪੱਤਰ ਦਾ ਹਵਾਲਾ ਦਿੱਤਾ ਹੈ ਜਿਹੜਾ ਚੇਅਰਮੈਨ ਵੱਲੋਂ ਪੀਐਸਈਆਰਸੀ ਨੂੰ ਲਿਖ ਕੇ ਲੰਮੇ ਕੱਟ ਲਾਉਣ ਦੀ ਇਜਾਜ਼ਤ ਮੰਗੀ ਗਈ ਹੈ ਇਸ ਚਿੱਠੀ ਦੇ ਵਿੱਚ ਬਿਜਲੀ ਦੀ ਕਮੀ ਦਾ ਹਵਾਲਾ ਦਿੱਤਾ ਗਿਆ ਬਾਜਵਾ ਨੇ ਪੁੱਛਿਆ ਕਿ ਜਨਵਰੀ ਦੇ ਵਿੱਚ 540 ਮੈਗਾਵਾਟ ਦਾ ਗੁਇੰਦਵਾਲ ਥਰਮਲ ਪਲਾਂਟ ਖਰੀਦਿਆ ਗਿਆ ਹੁਣ ਮੁੱਖ ਮੰਤਰੀ ਦੱਸਣ ਕਿ ਬਿਜਲੀ ਦੀ ਕਮੀ ਹਾਲੇ ਵੀ ਕਿਉਂ ਹੈ ਦ ਮਾਲਵੇ ਦੇ ਵਿੱਚ ਮਾਨਸਾ ਬਠਿੰਡਾ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ 8 April ਤੋਂ ਲੰਬੇ-ਲੰਬੇ ਕੱਟ ਸ਼ੁਰੂ ਹੋ ਚੁੱਕੇ ਨੇ ਕਿਤੇ-ਕਿਤੇ ਤਾਂ 7 April ਤੋਂ ਹੀ ਸ਼ੁਰੂ ਹੋਏ ਨੇ ਕਿਤੇ 11 ਤੋਂ 5 ਵਜੇ ਤੱਕ ਦਾ ਕੱਟ ਲੱਗਦਾ ਕਿਤੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਕੱਟ ਲੱਗਦਾ ਤੇ ਜਿੰਨਾ ਚਿਰ ਵਾਢੀ ਨਹੀਂ ਮੁੱਕਦੀ ਉਨਾਂ ਚਿਰ ਲੋਕਾਂ ਨੂੰ ਐਂ ਯੋਜਨਾ ਪਾਊਗਾ ਤੁਹਾਡੇ ਸਭ ਦੇ ਲਈ ਕੁਝ ਖਾਸ ਤੇ ਜ਼ਰੂਰੀ ਖਬਰਾਂ ਸੋਨੇ ਦੇ ਭਾਅ ਨੇ ਇਸ ਮੁਲਕ ਦੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਨੇ ਅੰਦਾਜ਼ਾ ਤੇ ਲਾਇਆ ਜਾ ਰਿਹਾ ਸੀ ਕਿ 2024 ਦੇ ਅਖੀਰ ਤੱਕ ਸੋਨਾ 70000 ਦੇ ਪਾਰ ਪਹੁੰਚੂਗਾ ਪਰ ਚੌਥਾ ਮਹੀਨਾ ਨੇ ਟੱਪਣ ਦਿੱਤਾ ਸੋਨਾ 71000 ਤੋਂ ਪਾਰ ਪਹੁੰਚ ਗਿਆ ਅੱਜ 10 ਗ੍ਰਾਮ ਸੋਨਾ 1182 ਰੁਪਏ ਮਹਿੰਗਾ ਹੋ ਕੇ 71064 ਨੂੰ ਤੋਲਾ ਹੋ ਗਿਆ ਸਿਰਫ 3 ਮਹੀਨਿਆਂ ਦੇ ਅੰਦਰ ਸੋਨਾ 7762 ਰੁਪਏ ਵਧ ਚੁੱਕਿਆ 1 ਜਨਵਰੀ ਨੂੰ ਸੋਨਾ 63302 ਨੂੰ ਤੋਲਾ ਸੀ ਮਾਰਚ ਮਾਰਚ ਦੇ ਵਿੱਚ ਹੀ ਸੋਨਾ 4000 ਮਹਿੰਗਾ ਹੋਇਆ ਚਾਂਦੀ ਵੀ 올 ਟਾਈਮ ਹਾਈ ਲੈਵਲ 81383 ਤੇ ਪਹੁੰਚ ਗਈ ਹੈ 1 ਕਿਲੋ ਚਾਂਦੀ ਦੀ ਕੀਮਤ ਅੱਜ 2287 ਰੁਪਏ ਵਧੀ ਹੈ ਇਸ ਤੋਂ ਪਹਿਲਾਂ ਇਹ 79096 ਰੁਪਏ ਤੇ ਸੀ 4 ਅਪ੍ਰੈਲ ਨੂੰ ਚਾਂਦੀ ਨੇ 79300 ਤਿਰਪਈ ਇਹ 올 ਟਾਈਮ ਹਾਈ ਬਣਾਇਆ ਸੀ ਪ੍ਰਾਈ ਸਿਟੀ ਚੰਡੀਗੜ੍ਹ ਦੇ ਰਹਿਣ ਵਾਲਿਆਂ ਦੇ ਲਈ ਖਬਰ ਤਾਂ ਇਹ ਬਹੁਤ ਵਧੀਆ ਸੀ ਪਰ ਇਸ ਫੈਸਲੇ ਨੂੰ ਲਾਗੂ ਹੋਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਖਬਰ ਸੀ ਕਿ ਚੰਡੀਗੜ੍ਹ ਵਿੱਚ ਟ੍ਰਾਈ ਸਿਟੀ ਤੋਂ ਬਾਹਰ ਰਜਿਸਟਰਡ ਵਾਹਨਾਂ ਤੋਂ ਡਬਲ ਪਾਰਕਿੰਗ ਫੀਸ ਨਹੀਂ ਲਈ ਜਾਊਗੀ ਇਸ ਦੇ ਨਾਲ ਹੀ ਦੁਪਈਆ ਵਾਹਨਾਂ ਦੀ ਪਾਰਕਿੰਗ ਮੁਫਤ ਤਾਂ ਨਹੀਂ ਹੋਵੇਗੀ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਪਾਰਕਿੰਗ ਫੀਸ ਦਾ ਭੁਗਤਾਨ ਕਰਨਾ ਪਊਗਾ ਪਰ ਦੁੱਗਣਾ ਨਹੀਂ ਦੋਵੇਂ ਫੈਸਲੇ ਲਾਗੂ ਹੋਣੇ ਸੀ ਪਰ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਨੇ ਜੁਲਾਈ 2023 ਦੇ ਵਿੱਚ ਨਗਰ ਨਿਗਮ ਹਾਊਸ ਦੇ ਵਿੱਚ ਇਹਨਾਂ ਨੂੰ ਪਾਸ ਕੀਤਾ ਗਿਆ ਸੀ ਉਦੋਂ ਵੀ ਨਹੀਂ ਲਾਗੂ ਕੀਤਾ ਜਾ ਇਹ ਜਿਵੇਂ ਨੇ ਪਾਰਕਿੰਗ ਨਾਲ ਜੁੜੇ ਰਿਕੁਐਸਟ ਫਾਰ ਪ੍ਰਪੋਜ਼ਲ ਦੇ ਵਿੱਚ ਬਦਲਾਅ ਕੀਤਾ ਹੈ ਦੋਵੇਂ ਫੈਸਲਿਆਂ ਨੂੰ ਲਾਗੂ ਹੁਣ ਤੋਂ ਰੋਕ ਦਿੱਤਾ ਹੈ ਚੰਡੀਗੜ੍ਹ ਦੇ ਵਿੱਚ ਪੜਦੇ ਬੱਚਿਆਂ ਦੇ ਲਈ ਰਾਹਤ ਵਾਲੀ ਖਬਰ ਹੈ ਚੰਡੀਗੜ੍ਹ ਦੇ ਸਕੂਲਾਂ ਦੇ ਬਾਹਰ ਸਵੇਰੇ ਤੇ ਦੁਪਹਿਰੇ ਛੁੱਟੀ ਵਕਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਗੇਟ ਦੇ ਬਾਹਰ ਪੁਲਿਸ ਦੀ ਨਜ਼ਰ ਰਹੇਗੀ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਜਿਵੇਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਕਿ ਸਕੂਲ ਦੇ ਅੰਦਰ ਮਾਮੂਲੀ ਬਹਿਸ ਦੌਰਾਨ ਵਿਦਿਆਰਥੀ ਛੁੱਟੀ ਹੋਣ ਤੋਂ ਬਾਅਦ ਬਾਹਰੋਂ ਲੋਕਾਂ ਨੂੰ ਬੁਲਾਉਂਦੇ ਸਨ ਤੇ ਫਿਰ ਆਪਸ ਵਿੱਚ ਝਗੜਾ ਹੁੰਦਾ ਸੀ ਐਨਾ ਘਟਨਾਵਾਂ ਨੂੰ ਰ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਨਾਲ ਕੋਈ ਵੀ ਭਾਰਤੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ ਭਾਵੇਂ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਉਹਨਾਂ ਨੇ ਵਿਰੋਧੀ ਧਿਰ ਕਾਂਗਰਸ ਅਤੇ ਡੀਐਮਕੀ ਤੇ ਇਸ ਮੁੱਦੇ ਤੇ ਭੰਬਲ ਪੂਸਾ ਪੈਦਾ ਕਰਨ ਦਾ ਦੋਸ਼ ਲਾਇਆ। ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ ਦੇ ਵਿੱਚ ਨਮਕਲ ਤੋਂ ਭਾਵੇਂ ਜੀਪੀ ਦੇ ਉਮੀਦਵਾਰ ਕੇਪੀ ਰਾਮਾਲਿੰਗਮ ਦੇ ਸਮਰਥਨ ਵਿੱਚ ਰੋਡ ਸ਼ੋਅ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ। ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਹਿੰਦੂ ਮੈਰਿਜ ਐਕਟ ਤਹਿਤ ਹਿੰਦੂ ਵਿਆਹ ਲਈ ਕੰਨਿਆਦਾਨ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸਿਰਫ ਸੱਤ ਫੇਰੇ ਸપ્તਪਤੀ ਹੀ Hindu ਵਿਆਹ ਦੀ ਜ਼ਰੂਰੀ ਰਸਮ ਹੈ Hindu ਮੈਰਿਜ ਐਕਟ ਵਿੱਚ ਵਿਆਹ ਲਈ ਕੰਨਿਆਦਾਨ ਦੀ ਵਿਵਸਥਾ ਨਹੀਂ ਹੈ ਜਸਟਿਸ ਸੁਭਾਸ਼ ਵਿਦਿਆਰਥੀ ਦੇ ਬੈਂਚ ਨੇ ਇਹ ਟਿੱਪਣੀ ਆਸ਼ੂਤੋਸ਼ ਯਾਦਵ ਵੱਲੋਂ ਧਾਇਰ ਨਜ਼ਰਸਾਨੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ ਅਦਾਲਤ ਨੇ Hindu ਮੈਰਿਜ ਐਕਟ ਦੀ ਧਾਰਾ 7 ਦਾ ਵੀ ਹਵਾਲਾ ਦਿੱਤਾ ਤੇ ਧਾਰਾ 7 ਮੁਤਾਬਕ Hindu ਵਿਆਹ ਦੀਆਂ ਰਸਮਾਂ Hindu ਵਿਆਹ ਕਿਸੇ ਵੀ ਧਰਦਿਆਂ ਰੀਤੀ ਰਿਵਾਜਾਂ ਤੇ ਰਸਮਾਂ ਮੁਤਾਬਕ ਕਰਵਾਇਆ ਜਾ ਸਕਦਾ ਹੈ ਦੂਸਰਾ ਇਹ ਕਿ ਜਈਆਂ ਰਸਮਾਂ ਅਤੇ ਲਾੜਾ ਲਾੜੀ ਵੱਲੋਂ ਪਵਿੱਤਰ ਅਗਨੀ ਦੇ 7 ਫੇਰੇ ਲੈਣੇ ਜ਼ਰੂਰੀ ਨੇ 7ਵੇਂ ਗੇੜ ਦੇ ਪੂਰੇ ਹੋਣ ਨਾਲ ਵਿਆਹ ਸੰਪੰਨ ਹੋ ਜਾਂਦਾ ਹੈ ਕੈਂਸਰ ਨੇ ਪੰਜਾਬ ਦੀਆਂ ਜੜ੍ਹਾਂ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਪੰਜਾਬ 'ਚ ਕੈਂਸਰ ਨੂੰ ਲੈ ਕੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹ ਸੱਚਮੁੱਚ ਛੇਲਾਉਣ ਵਾਲੀ ਹੈ। ਸੂਬੇ ਵਿੱਚ ਕੈਂਸਰ ਨਾਲ ਰੋਜ਼ਾਨਾ 65 ਜਣੇ ਮੌਤ ਦੇ ਮੂੰਹ ਚ ਜਾਂਦੇ ਨੇ। ਕੈਂਸਰ ਕਰਕੇ ਪਿਛਲੇ ਸਾਲ ਪੰਜਾਬ 'ਚ 23000 ਤੋਂ ਵੱਧ ਜਾਨਾਂ ਗਈਆਂ ਨੇ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ 2012 ਵਿੱਚ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਸਰਵੇ ਕਰਵਾਇਆ ਸੀ। ਸਰਵੇ 'ਚ ਰੋਜ਼ਾਨਾ 18 ਵਿਅਕਤੀਆਂ ਦੇ ਖਤਮ ਹੋਣ ਦਾ ਅੰਕੜਾ ਜਾਰੀ ਕੀਤਾ ਗਿਆ ਸੀ ਪਰ 10 ਸਾਲਾਂ ਦੇ ਵਿੱਚ ਕੈਂਸਰ ਨਾਲ ਜਾਨਾਂ ਗਵਾਉਣ ਦੇ ਅੰਕੜੇ ਚਰਾਨੀ ਜਨਕਵਾਦਾ ਹੋਇਆ ਹੈ ਮਰਹੂਮ ਪੰਜਾਬੀ ਗਾਇਕੋ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਖੁਸ਼ੀ ਵਾਲੀ ਖਬਰ ਹੈ ਕਿ ਸਿੱਧੂ ਮੂਸੇਵਾਲੇ ਦਾ ਇੱਕ ਹੋਰ ਗੀਤ ਆਉਣ ਵਾਲਾ ਹੈ ਜਿਹੜਾ ਮੂਸੇਵਾਲੇ ਨੇ ਆਪਣੇ ਪੁਰਾਣੇ ਦੋਸਤ ਸਨੀ ਮਾਲਟਨ ਦੇ ਨਾਲ ਕੀਤਾ ਇਸ ਦੀ ਖਬਰ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰam ਪੇਜ ਤੇ ਖੁਦ ਦਿੱਤੀ ਸਨੀ ਨੇ ਲਿਖਿਆ ਸੀ ਕਿ ਜੇ ਉਸ ਦੀ ਪੋਸਟ ਤੇ 1 ਲੱਖ ਕਮੈਂਟ ਆ ਜਾਂਦੇ ਨੇ ਤਾਂ ਉਹ ਗੀਤ ਦਾ ਪੋਸਟਰ ਜਾਰੀ ਕਰਨਗੇ ਤੇ ਹੁਣ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਪੇਜ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਜਿਸ ਵਿੱਚ ਸਿੱਧੂ ਤੇ ਸਨੀ ਦੋਵੇਂ ਦਿਖਾਈ ਦੇ ਰਹੇ ਨੇ ਗੀਤ ਦਾ ਨਾਮ 410 ਹੈ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਅਗਲੀ ਖਬਰ ਵੀ ਮੂਸੇ ਵਾਲੇ ਦੇ ਨਾਲ ਜੁੜੀ ਹੈ ਚੰਗੀ ਖਬਰ ਹੈ ਕਿ ਸਿੱਧੂ ਦੇ ਗਾਣੇ ਨੇ ਮਰਮ ਦਾ ਕੰਮ ਕੀਤਾ ਹੈ ਭਾਵੇਂ ਸਿੱਧੂ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਸ ਦੇ ਗੀਤ ਹੁਣ ਵੀ ਦਿਲਾਂ ਦੇ ਨਾਲ ਜ਼ਖਮਾਂ ਦੇ ਮਰਮ ਦਾ ਵੀ ਕੰਮ ਕਰਦੇ ਨੇ ਲੁਧਿਆਣਾ ਦੇ ਹਸਪਤਾਲ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਛੋਟਾ ਬੱਚਾ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਉਸ ਦੇ ਪੈਰ ਤੋਂ ਗੱਡੀ ਲੰਘ ਗਈ ਸੀ ਸੁਖਦਰਸ਼ਨ ਨੂੰ ਜਗਰਾਉਂਦੇ ਹਸਪਤਾਲ ਲਜਾਇਆ ਗਿਆ ਦਰਦ ਨਾਲ ਚੀਕ ਰਿਹਾ ਸੀ ਡਾਕਟਰਾਂ ਨੇ ਉਸ ਨੂੰ ਸ਼ਾਂਤ ਕ੍ਰੌਨ ਦੀ ਬਹੁਤ ਕੋਸ਼ਿਸ਼ ਕੀਤੀ ਚੁੱਪ ਨਹੀਂ ਸੀ ਹੁੰਦਾ ਫਿਰ ਜਦੋਂ ਪਰਿਵਾਰ ਰਾਹੀਂ ਪਤਾ ਲੱਗਿਆ ਕਿ ਮੂਸੇ ਵਾਲੇ ਦਾ ਫੈਨ ਹੈ ਤਾਂ ਉਹਦਾ ਗਾਣਾ ਸੁਣ ਕੇ ਉਹ ਆਪਣੇ ਦਰਦ ਨੂੰ ਭੁੱਲ ਗਿਆ ਤੇ ਬੈੱਡ ਤੇ ਦਰਦ ਨਾਲ ਚੀਖ ਚੁਲਾ ਰਹੇ ਬੱਚੇ ਨੇ ਫਿਰ ਸ਼ਾਂਤੀ ਦੇ ਨਾਲ ਆਪਣਾ ਇਲਾਜ ਕਰਵਾਇਆ ਜਿਸ ਤੋਂ ਬਾਅਦ ਉਸ ਦਾ ਆਪਰੇਸ਼ਨ ਵੀ ਕੀਤਾ ਗਿਆ ਅਗਲੀ ਖਬਰ ਸੁਣ ਕੇ ਤੁਹਾਨੂੰ ਜ਼ਰੂਰ ਖੁਸ਼ੀ ਹੋਵੇਗੀ ਤੇ ਇੱਕ ਬੱਚੀ ਦੇ ਲਈ ਤੁਸੀਂ ਦਿਲੋਂ ਦੁਆ ਵੀ ਦਿਓਗੇ ਕਾਰ ਤੇ ਟਰੈਕਟਰ ਬਣਾਉਣ ਵਾਲੀ ਭਾਰਤ ਦੀ ਇੱਕ ਨਾਮੀ ਕੰਪਨੀ ਹੈ ਮਹਿੰਦਰਾ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ 13 ਸਾਲ ਦੀ ਬੱਚੀ ਨਿਤਿਕਾ ਨੂੰ ਨੌਕਰੀ ਦੀ ਆਫਰ ਭੇਜੀ ਹੈ ਦਰਅਸਲ ਇਸ ਬੱਚੀ ਨੇ ਅਲੈਕਸਾ ਦੀ ਮਦਦ ਨਾਲ ਆਪਣੇ ਭਤੀਜੇ ਦੀ ਬਾਂਦਰ ਦੇ ਹਮਲਿਆਂ ਤੋਂ ਜਾਨ ਬਚਾਈ ਆਨੰਦ ਮਹਿੰਦਰਾ ਨੇ ਬੱਚੀ ਦੀ ਇੰਨੀ ਛੇਤੀ ਫੈਸਲਾ ਲੈਣ ਦੇ ਅੰਦਾਜ਼ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਨੌਕਰੀ ਆਫਰ ਕੀਤੀ ਹੈ ਕਿ ਬਹੁਤ ਹੀ ਤੇਜ਼ੀ ਦੇ ਨਾਲ ਇਨਸਟੈਂਟ ਫੈਸਲਾ ਉਸਨੇ ਲਿਆ ਆਪਣਾ ਦਿਮਾਗ ਚਲਾਇਆ ਉਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਕਿਹਾ ਕਿ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇ ਨਿਤਿਕਾ ਕਾਰਪੋਰੇਟ ਦੇ ਵਿੱਚ ਆਉਣਾ ਚਾਹੁੰਦੀ ਹੈ ਮਹਿੰਦਰਾ ਗਰੁੱਪ ਜੁਆਇਨ ਕਰਨਾ ਚਾਹੁੰਦੀ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ ਦਰਅਸਲ ਨਿਤਿਕਾ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਰਿਹਾ ਆ ਗਿਆ ਸੀ ਤੇ ਘਰ ਦੇ ਵਿੱਚ ਬਾਂਦਰਾਂ ਦਾ ਇੱਕ ਝੁੰਡ ਆ ਗਿਆ ਸੀ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਆਪਣੇ ਛੋਟੇ ਜਿਹੇ ਭਤੀਜੇ ਨੂੰ ਕਿਵੇਂ ਬਚਾਵੇ ਫਿਰ ਇੱਕਦਮ ਉਸਨੇ ਐਲੈਕਸਾ ਨੂੰ ਕਿਹਾ ਕਿ ਕੁੱਤੇ ਦੀ ਆਵਾਜ਼ ਕੱਢੇ ਐਲੈਕਸਾ ਨੇ ਕੁੱਤੇ ਦੀ ਆਵਾਜ਼ ਕੱਢੀ ਤੇ ਬਾਂਦਰ ਸਾਰੇ ਛੂ ਮੰਤਰ ਹੋ ਗਏ ਤੇ ਉਹਨੇ ਆਪਣੇ ਭਤੀਜੇ ਨੂੰ ਬਚਾ ਲਿਆ ਤਾਮਿਲਨਾਡੂ ਦੇ ਕੋਇਮ ਟੂਰ ਦੇ ਵਿੱਚ ਐਤਵਾਰ ਨੂੰ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨ ਲੀਡਰਾਂ ਸਰਵਣ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਅਤੇ ਉੱਥੋਂ ਦੇ ਸਥਾਨਕ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਇਸ ਤੇ ਇਸ ਤੋਂ ਬਾਅਦ ਉਹਨਾਂ ਨੂੰ ਸ਼ਾਮ ਨੂੰ ਭਾਵੇਂ ਛੱਡ ਦਿੱਤਾ ਗਿਆ ਸੀ ਸੌਮ ਵਾਰ ਨੂੰ ਇਹਨਾਂ ਸਾਰੇ ਲੀਡਰਾਂ ਨੇ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਜਿਸ ਤੇ ਪੁਲਿਸ ਕਮਿਸ਼ਨਰ ਨੇ ਅਫਸੋਸ ਜਤਾਇਆ ਤੇ ਭਰੋਸਾ ਦਿੱਤਾ ਕਿ ਅੱਗੇ ਤੋਂ ਕਿਸਾਨਾਂ ਨਾਲ ਅਜਿਹਾ ਨਹੀਂ ਹੋਵੇਗਾ ਨਾਲ ਹੀ ਸ਼ਹੀਦ ਸ਼ੁਭਕਰਨ ਸਿੰਘ ਦੀ ਅਰਥੀ ਕਲਸ਼ ਯਾਤਰਾ ਤਾਮਿਲਨਾਡੂ ਦੇ ਵਿੱਚ ਪੂਰਾ ਸਹਿਯੋਗ ਦੇ ਨਾਲ ਚੱਲੇਗੀ ਇਸ ਤੇ ਵੀ ਪੁਲਿਸ ਪ੍ਰਸ਼ਾਸਨ ਨੇ ਵਾਅਦਾ ਕੀਤਾ ਹੈ ਨੋਡਲ ਅਫਸਰ ਦੀ ਨਿਯੁਕਤੀ ਕੀਤੀ ਜਾਂਦਾ ਭਰੋਸਾ ਦਿੱਤਾ ਹੈ ਸਰਵਣ ਸਿੰਘ ਪੰਦੇਰ ਨੇ ਇਸ ਦੀ ਜਾਣਕਾਰੀ ਦਿੱਤੀ ਅੱਜ ਅਸੀਂ ਸੀਪੀ ਜਿਹੜਾ ਕੰਬਿਟੂਰ ਆ ਉਹਦੇ ਦਫ਼ਤਰ ਅੱਗੇ ਖੜੇ ਆ ਤੇ ਕੱਲ ਜਿਹੜਾ ਕੋ ਮਸਲਾ ਕ੍ਰੀਟ ਹੋਇਆ ਉਸ ਉਰ ਨਾਲ ਗੱਲ ਕਰਕੇ ਆਏ ਆ ਵੀ ਇੱਕ ਜਿੰਨੇ ਵੀ ਜਿਹੜਾ ਸੀ ਕੰਮ ਲਾਡੂ ਚ ਰਹਿੰਦੇ ਆ ਸਾਨੂੰ ਕੋਈ ਸਮੱਸਿਆ ਨਾ ਆਵੇ ਔਰ ਜਿਹੜਾ ਵਾ ਕੋਈ ਨੂਡਲ ਅਫਸਰ ਲਾਇਆ ਜਾਵੇ ਔਰ ਕੱਲ ਜੋ ਕੁਝ ਇਹਨਾਂ ਨੇ ਕੀਆ ਕੀਤਾ ਸੀਗਾ ਤੇ ਗਲਤ ਕੀਤਾ ਤੁਹਾਡੀ ਸਰਕਾਰ ਨੇ ਠੀਕ ਆ ਕੰਮ ਲਾਡੂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਦਿੱਤਾ ਜਾਵੇ ਅਰ ਜਿਹੜਾ ਉਹਨਾਂ ਡਿਟੇਨ ਕਰਨ ਦਾ ਤਰੀਕਾ ਇਹ ਅਸੀਂ ਕਿਹਾ ਵਾਪਸ ਲਿਆ ਜਾਏ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਕਰਨ ਤੋਂ ਬਾਅਦ ਹੁਣ ਅਗਲੇ ਪ੍ਰੋਗਰਾਮ ਜਿਹੜੇ ਅਸੀਂ ਉਹ ਕਰਾਂਗੇ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਅਠੇ ਪਹਿਰ ਤਹਿਲ ਸੇਵਾ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਸੋਮਵਾਰ ਨੂੰ ਇਹਨਾਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਮੁਖੀਆਂ ਦੇ ਦਸਤਖਤਾਂ ਵਾਲੀ ਚਿੱਠੀ ਜਥੇਦਾਰ ਸਾਹਿਬ ਨੂੰ ਸੌਂਪ ਕੇ ਮੰਗ ਕੀਤੀ ਕਿ ਕੋਈ ਵੀ ਗੁਰਦੁਆਰਾ ਸਾਹਿਬ ਕਦੇ ਵੀ ਸੇਵਾਦਾਰ ਤੋਂ ਬਿਨਾ ਨਹੀਂ ਹੋਣਾ ਚਾਹੀਦਾ 24 ਘੰਟੇ ਇੱਥੇ ਸੇਵਾਦਾਰ ਦੀ ਤੈਨਾਤੀ ਹੋਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਸੰਸਥਾ ਅਠੇ ਪਹਿਰ ਤਹਿਲ ਸੇਵਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁੰਦੇ ਨੇ ਕਿ 13 ਅਪ੍ਰੈਲ ਦੀ ਵਿਸਾਖੀ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤਾ ਜਾਵੇ ਭਾਵੇਂ ਦਿਨ ਹੋਵੇ ਜਾਂ ਰਾਤ ਕੋਈ ਵੀ ਗੁਰੂ ਘਰ ਸੇਵਾਦਾਰ ਤੋਂ ਬਿਨਾਂ ਨਹੀਂ ਰਹੇਗਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘੱਟੋ ਘੱਟ ਇੱਕ ਪੈਰੇਦਾਰ ਜ਼ਰੂਰ ਹੋਣਾ ਚਾਹੀਦਾ ਜੇ ਜਿਹੜਾ ਹੈਗਾ ਗੁਰੂ ਘਰ ਦੇ ਪ੍ਰਬੰਧਕ ਨਹੀਂ ਪੈਰੇਦਾਰ ਰੱਖ ਸਕਦੇ ਸੇਵਾਦਾਰ ਨਹੀਂ ਰੱਖ ਸਕਦੇ ਤਾਂ ਸੰਗਤਾਂ ਮਿਲ ਕੇ ਉਸ ਗੁਰੂ ਘਰ ਦਾ ਪ੍ਰਬੰਧ ਚਲਾਉਣ ਉੱਤਰਾਖੰਡ ਦੇ ਨਾਨਕਮਤਾ ਗੁਰੂ ਘਰ ਦੇ ਕਾਰ ਸੇਵਾ ਮੁਖੀ ਬਾਬਾ ਤਰਸੀਮ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਹੋਰ ਮੌਲਸਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਤਾਬਿਕ ਮਲਜ਼ਮ ਹਥਿਆਰਾਂ ਦੀ ਸਪਲਾਈ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਕਥਿਤ ਤੌਰ ਤੇ ਸ਼ਾਮਲ ਸਨ ਮਰਹੂਮ ਬਾਬਾ ਤਰਸੀਮ ਸਿੰਘ ਦੀ 28 ਮਾਰਚ ਨੂੰ ਉਦਮ ਸਿੰਘ ਨਗਰ ਦੇ ਨਾਨਕਮਤਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਤੋਂ ਪਹਿਲਾਂ ਸਾਬਕਾ ਆਈਐਸ ਅਧਿਕਾਰੀ ਹਰਵੰਦ ਸਿੰਘ ਚੁੱਗ ਅਤੇ ਦੋ ਹੋਰ ਪ੍ਰੀਤਮ ਸਿੰਘ ਅਤੇ ਬਾਬਾ ਅਨੂਪ ਸਿੰਘ ਵਿਰੁੱਧ ਕਥਿਤ ਤੌਰ ਤੇ ਕਤਲ ਵਿੱਚ ਸ਼ਾਮਲ ਦੋਸ਼ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ ਇਸੇ ਦੌਰਾਨ ਉਦਮ ਸਿੰਘ ਨਗਰ ਦੇ ਸੀਨੀਅਰ ਪੁਲਿਸ ਕਪਤਾਨ ਨੇ ਦੋਵੇਂ ਫਰਾਰ ਮੁੱਖ ਮੋਲਜ਼ਮਾਂ ਜਿਹੜੇ ਸ਼ੂਟਰ ਸੀਗੇ ਅਮਰਜੀਤ ਸਿੰਘ ਤੇ ਸਰਵਜੀਤ ਸਿੰਘ ਉਹਨਾਂ ਦੇ ਲਈ ਇਨਾਮੀ ਰਾਸ਼ੀ 50000 ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਹੈ 4 April ਨੂੰ ਪੁਲਿਸ ਨੇ ਕਥਿਤ ਤੌਰ ਤੇ ਹਮਲਾਵਰਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਕੁੱਲ ਸੱਤ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ